ਜਿਹੜੀ ਕੁਛ ਦਿਨ ਪਹਿਲਾਂ ਇਹ ਗੱਲ ਜ਼ਿਆਦਾ ਚਰਚਾ ਵਿੱਚ ਸੀ ਵੀ ਪੰਜਾਬ ਵਿੱਚ ਖਾਦ ਆ ਗਈ DAP ਜਿਹਦੇ ਨਮੂਨੇ ਜਦੋਂ ਅਸੀਂ ਸਾਡੇ ਅਸਲੇ ਖਾਦ ਤਾਂ ਮਾਰਕਫੈਡ ਨੇ ਖਰੀਦੀ ਸੀਗੀ, ਤੋਂ ਜਦੋਂ ਜ਼ਿਮੀਂਦਾਰਾਂ ਪਾਸ ਜਾਂਦੀ ਹੈ ਸਾਡਾ ਖੇਤੀਬਾੜੀ ਮਹਿਕਮੇ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ। ਜਦੋਂ ਉਹਨਾਂ ਦੇ ਨਮੂਨੇ ਲਏ ਗਏ ਪਹਿਲਾਂ ਮੋਹਾਲੀ ਵਿੱਚੋਂ ਫੇਲ ਹੋਏ, ਫਿਰ ਦੂਸਰੇ ਜ਼ਿਲ੍ਹਿਆਂ ਵਿੱਚ ਵੀ ਹਦਾਇਤਾਂ ਕੀਤੀਆਂ ਵੀ ਇਹਨੂੰ ਸਖਤੀ ਨਾਲ ਇਹਦੀ ਪਾਲਣਾ ਕੀਤੀ ਜਾਵੇ। ਸਾਰੇ ਜਿਹੜੇ ਚੀਫ ਐਗਰੀਕਲਚਰ ਅਫਸਰ ਸੀ ਔਰ ਉਹਦੇ ਵਿੱਚ ਜਦੋਂ ਵੱਖੋ ਵੱਖਰੇ ਜ਼ਿਲ੍ਹਿਆਂ ਵਿੱਚ ਇਹ ਨਮੂਨੇ ਲੈ ਗਏ, ਉਹਦੇ ਵਿੱਚੋਂ 40 ਦੇ ਕਰੀਬ ਉਦੋਂ ਜਦੋਂ ਤੱਕ ਲਏ ਸੀ ਮੇਰੇ ਖਿਆਲ 24 ਫੇਲ ਹੋਏ, ਦੂਸਰਿਆਂ ਦਾ ਵੀ ਅਜੇ ਰਿਜ਼ਲਟ ਆ, ਜ਼ਿਆਦਾਤਰ ਇਹਦੇ ਵਿੱਚ ਉਹਨਾਂ ਦੇ ਫੇਲ ਹੋਣ ਦੇ ਹੀ ਚਾਂਸਸ ਹੈ। ਸੋ ਬਹੁਤ ਵੱਡੀ ਅਤੇ ਮਾੜੀ ਗੱਲ ਹੈ। ਉਹ ਕੰਪਨੀਆਂ ਨੂੰ ਅਸੀਂ ਬਲੈਕਲਿਸਟ ਵੀ ਕਰਤਾ, ਉਹਨਾਂ ਦੇ ਜਿਹੜੇ ਕੋਈ ਵੀ ਅੱਗੇ ਤੋਂ ਕੋਈ ਇਹੋ ਜਿਹਾ ਆਰਡਰ ਨਹੀਂ ਆ ਸਕਦਾ। ਪਿਛਲਾ ਵੀ ਜਿਹੜੀ ਸਾਰੀ ਇਨਕੁਆਇਰੀ ਕਰਕੇ ਜਿਹੜਾ ਰਹਿੰਦਾ ਮਾਲ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ, ਵਾਪਸ ਕਰ ਦਿੱਤਾ ਜਾਊਗਾ। ਜਿਹੜਾ ਦੂਸਰਾ ਉਹਦਾ ਵੀ ਸਖਤੀ ਨਾਲ ਸਾਰੇ ਅਫਸਰ ਸਾਹਿਬਾਨ ਨੂੰ ਕਿਹਾ ਗਿਆ ਕਿਤੇ ਕਿਸੇ ਦੀ ਇਹੋ ਜਿਹੀ ਗੱਲ ਨਾ ਹੋਵੇ ਵੀ ਕਿਤੇ ਰਹਿਤ ਨਹੀਂ ਕਰਨੀ। ਅਸੀਂ ਕਿਸੇ ਨਾਲ ਧੱਕਾ ਵੀ ਨਹੀਂ ਕਰਨਾ, ਰਹਿਤ ਵੀ ਨਹੀਂ ਕਰਨਾ। ਸਰਕਾਰ ਦਾ ਫਰਜ਼ ਹੈ, ਲੋਕਾਂ ਦੇ ਨਾਲ ਖੜੀ ਹੈ, ਲੋਕਾਂ ਵਾਸਤੇ ਹੈ, ਅਤੇ ਜੋ ਵੀ ਹੋਇਆ ਉਸ 'ਤੇ ਲੋਕਾਂ ਨੂੰ ਇਨਸਾਫ਼ ਮਿਲੂਗਾ, ਮੈਂ ਇਹ ਦਾਅਵੇ ਨਾਲ ਕਹਿੰਦਾ ਪੂਰਾ ਜ਼ੋਰ ਨਾਲ ਲੱਗੇ। ਮੰਤਰੀ ਸਾਹਿਬ, ਅਜਿਹਾ ਕੁਛ ਨਾ ਹੋਵੇ, ਕੋਈ ਅਜਿਹੇ ਪ੍ਰਬੰਧ ਹੋ ਸਕਦੇ ਵੀ ਇਹ ਵਾਪਰੇ ਹੀ ਨਾ ਕੱਲ੍ਹ ਨੂੰ? ਕੁਛ ਤਾਂ ਬਰਾੜ ਸਾਹਿਬ ਹਮੇਸ਼ਾ ਹੁੰਦੀ ਹੈ, ਪਰ ਕਈ ਵਾਰੀ ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਵੇਖਣ ਵਿੱਚ ਮਿਲ ਜਾਂਦੀਆਂ ਜਿਹੜੀਆਂ ਸਾਰਿਆਂ ਲਈ ਔਖ ਦੀ ਘੜੀ ਵਿੱਚ ਵੀ ਪਾ ਜਾਂਦੀਆਂ। ਕਿਉਂਕਿ ਮੇਰਾ ਤਾਂ ਮਕਸਦ ਹੀ ਹੈ ਕਿ ਜਿਹੜਾ ਵੀ ਕੰਮ ਮੈਨੂੰ ਦਿੱਤਾ ਗਿਆ ਉਹ ਪੂਰੀ ਇਮਾਨਦਾਰੀ ਨਾਲ ਕਰਾਂ, ਅਤੇ ਇਸ ਦੇ ਲਈ ਮੈਂ ਆਪਣੇ ਵੱਲੋਂ ਸਾਰੀਆਂ ਟੀਮਾਂ ਨੂੰ, ਲੈਬਾਰਟਰੀਆਂ ਨੂੰ ਉਹ ਹੁਕਮ ਕੱਢ ਦਿੱਤੇ ਸੀ ਕਿ ਇਹਨਾਂ ਦਾ ਨਾਲ ਦੀ ਨਾਲ ਜੋ ਵੀ ਬਣਦਾ ਰਿਜ਼ਲਟ ਦੇ ਕੇ ਕਾਰਵਾਈ ਬਣਦੀ ਹੈ। ਉਹਦੇ 'ਤੇ ਅਸੀਂ ਇੱਕ ਮੱਧਿਆ ਕੀ ਨਾ ਸੀ ਇਸ ਤਰ੍ਹਾਂ ਦਾ ਇੱਕ ਉਸਟਵਾਲ ਅਤੇ ਦੋ ਕ੍ਰਿਸ਼ਨਾ ਕੰਪਨੀ ਕੋਈ ਮੇਰੇ ਕੋਲ ਇਹਦੇ ਵਿੱਚ ਹੈ ਵੀ ਮੈਂ ਤੁਹਾਨੂੰ ਦੱਸ ਦਿੰਦਾ, ਗੈਰ ਮਿਆਰੀ ਖਾਦ ਜਿਹੜੀ ਸਪਲਾਈ ਕਰਨ ਵਾਲੀ ਕੰਪਨੀ ਸੀ ਉਹਦੇ ਵਿੱਚ ਭਾਰਤ ਮੱਧਿਆ ਭਾਰਤ ਐਗਰੋ ਪ੍ਰੋਡਕਟਸ ਅਤੇ ਕ੍ਰਿਸ਼ਨਾ ਮੈਸਰ ਕ੍ਰਿਸ਼ਨਾ ਫਾਸਟ ਕੈਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਔਰ ਆਪਣੇ ਵੱਲੋਂ ਸਾਰੀ ਪੂਰੀ ਤਾਕੀਦ ਕੀਤੀ ਗਈ ਹੈ ਸਾਰੇ ਅਫਸਰ ਸਾਹਿਬਾਨ ਨੂੰ ਵੀ ਇਹੋ ਜਿਹੀ ਗੱਲ ਕਿਤੇ ਨਾ ਹੋਵੇ, ਕਿਤੇ ਢਿੱਲ ਨਹੀਂ ਰੱਖਣੀ। ਕਿਸੇ ਨਾਲ ਅਸੀਂ ਧੱਕਾ ਵੀ ਨਹੀਂ ਕਰਦੇ ਅਤੇ ਕਿਸੇ ਨੂੰ ਰਾਇਤ ਵੀ ਨਹੀਂ ਦੇਵਾਂਗੇ। ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਨੂੰ ਸਖਤ ਹਦਾਇਤਾਂ, ਉਹਨਾਂ ਹਦਾਇਤਾਂ ਦੀ ਪਾਲਣਾ ਕੀਤੀ। ਬਾਈ ਜੀ, ਜਿਵੇਂ ਹੋਰ ਜਿਵੇਂ ਸੀਡ ਦੀਆਂ ਕੰਪਨੀਆਂ ਆਉਂਦੀਆਂ, ਪਿਛਲੇ ਕਾਫੀ ਟਾਈਮ ਤੋਂ ਹੋ ਰਿਹਾ ਸੀ ਜਿਵੇਂ ਨਕਲੀ ਕੋ ਬੀ ਆਉਂਦਾ, ਇਹਨੂੰ ਜਿਹੜੇ ਚੱਲ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਤੇਜ਼ ਕੀ ਰਹਿਣ ਦੀ ਕੀ ਕਰਨਾ? ਕਿਸੇ ਵੇਲੇ ਇਸ ਗੱਲ ਦਾ ਬਹੁਤ ਖਤਰਾ ਮਹਿਸੂਸ ਹੋਣ ਲੱਗ ਜਾਂਦਾ ਸੀ, ਪਰ ਜਦੋਂ ਦੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਮੈਂ ਪਹਿਲਾਂ ਸਾਰੇ ਜਿਹੜੇ ਡੀਲਰ ਸਾਹਿਬਾਨ ਸੀ ਉਹਨਾਂ ਨਾਲ ਵੀ ਮੈਂ ਮੀਟਿੰਗ ਕੀਤੀ ਸੀ ਵੀ ਮੈਂ ਤੁਹਾਡੇ ਮੁਨਾਫੇ ਨੂੰ ਤਾਂ ਰੋਕਦਾ ਨਹੀਂ, ਪਰ ਜੇ ਕੋਈ ਇਹੋ ਜਿਹੀ ਜਾਲਸਾਜ਼ੀ ਪਾਈ ਗਈ ਤਾਂ ਉੱਥੇ ਕਿਸੇ ਨਾਲ ਕੋਈ ਰਹਿਤ ਨਹੀਂ ਕੀਤੀ ਜਾਊਗੀ। ਤਾਂ ਉਹ ਇਸ ਗੱਲ ਨੂੰ ਵੀ ਸਮਝਦੇ ਸੀ ਅਤੇ ਜਿਹੜੇ ਸਾਡੇ ਅਫਸਰ ਸਾਹਿਬਾਨ ਆ ਉਹ ਵੀ ਉਹ ਆਪਦੇ ਵੱਲੋਂ ਪੂਰੀ ਮੁਸ਼ਤੈਦੀ ਨਾਲ ਲੱਗੇ ਹੋਏ ਆ। 16 ਤਰੀਕ ਕਿਸਾਨ ਫਿਰ ਦਿੱਲੀ ਨੂੰ ਆਪਣੀਆਂ ਮੰਗਾਂ ਲੈ ਕੇ ਜਾ ਰਹੇ ਹਨ, ਕੀ ਕਰਨਾ? ਵੇਖੋ, ਬੜੇ ਲੰਮੇ ਸਮੇਂ ਦਾ ਕਿਸਾਨਾਂ ਦਾ ਇਹ ਜਿਹੜੀਆਂ ਮੰਗਾਂ ਜਾਇਜ਼ ਅਤੇ ਵਾਜਬ ਮੰਗਾਂ, ਇਹਦੇ 'ਚ ਕੋਈ ਸ਼ੱਕ ਨਹੀਂ।
ਉਹਦੇ 'ਚ ਦਿੱਲੀ ਦੀ ਸਰਕਾਰ ਨੂੰ, ਸੈਂਟਰਲ ਗੌਰਮੈਂਟ ਨੂੰ ਸੁਣ ਲੈਣਾ ਚਾਹੀਦਾ, ਕਰ ਲੈਣਾ ਚਾਹੀਦਾ। ਔਰ ਜਿੱਥੇ ਸਾਨੂੰ ਜੇ ਕਹੀਏ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਜਾ ਕੇ ਸਾਨੂੰ ਖੱਜਲ ਖੁਆਰੀ ਵੀ ਹੁੰਦੀ ਹੈ, ਕਿੰਨਾ ਕਿੰਨਾ ਸਮਾਂ ਬਰਬਾਦ ਹੁੰਦਾ। ਗੱਲ ਜਾਇਜ਼ ਆ ਸਰਕਾਰ ਦੀ, ਅਸੀਂ ਸੰਵਿਧਾਨ ਦੇ ਅਧੀਨ ਆਪਣੀਆਂ ਮੰਗਾਂ ਰੱਖਦੇ ਹਾਂ, ਤਾਂ ਉਹਨੂੰ ਮੰਗਣਾ ਚਾਹੀਦਾ ਅਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ।